ਸੜਕੀ ਹਾਦਸਾ ਜਾਂ ਕਤਲ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਵੱਲੋਂ ਲਾਸ਼ ਨੂੰ ਥਾਣੇ ਦੇ ਮੂਹਰੇ ਰੱਖ ਕੇ ਰੋਸ ਕੀਤਾ ਗਿਆ। ਉਹਨਾਂ ਦੇ ਇਲਜ਼ਾਮ ਨੇ ਕਿ ਸਾਡੇ ਮੁੰਡੇ ਦਾ ਕਤਲ ਕੀਤਾ ਗਿਆ, ਜਦਕਿ ਉਸਦਾ ਸੜਕੀ ਹਾਦਸਾ ਨਹੀਂ ਹੋਇਆ। ਨੌਜਵਾਨ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਨੇ, ਟੱਕਾਂ ਦੇ ਨਿਸ਼ਾਨ ਨੇ। ਸਾਹਿਲ ਟਿੱਬਾ ਵਿਖੇ ਇੱਕ ਨਾਈ ਦੀ ਦੁਕਾਨ ਤੇ ਕੰਮ ਕਰਦਾ ਸੀ, ਜਿੱਥੇ ਪਿੰਡ ਦੇ ਹੀ ਨੌਜਵਾਨਾਂ ਨੇ ਉਸਨੂੰ ਨਾਲ ਲਿਜਾ ਕੇ ਉਸਦਾ ਕਤਲ ਕੀਤਾ। ਇਹ ਪਰਿਵਾਰ ਦੇ ਵੱਲੋਂ ਆਰੋਪ ਲਗਾਏ ਜਾ ਰਹੇ ਨੇ। ਤਾਂ ਇਹ ਮਾਮਲਾ ਤਲਵੰਡੀ ਚੌਧਰੀਆਂ ਟਿੱਬਾ ਮਾਰਗ ਤੇ ਹੋਏ ਸੜਕ ਹਾਦਸੇ ਦੇ ਵਿੱਚ 3 ਨੌਜਵਾਨਾਂ ਦੀ ਮੌਤ ਹੋ ਗਈ ਸੀ। ਤਾਂ ਸਾਹਿਲ ਦੇ ਮੂੰਹ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਕੱਟ ਵੱਜੇ ਹੋਏ ਸੀ, ਜਿਸ ਤੋਂ ਪਤਾ ਲੱਗਦਾ ਕਿ ਉਸਦਾ ਕਤਲ ਹੋਇਆ। ਉਹਨਾਂ ਨੇ ਪੁਲਿਸ ਤੋਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਤਾਂ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਿਸ ਤਰੀਕੇ ਦਾ ਐਕਸ਼ਨ ਕੀਤਾ ਜਾਵੇਗਾ। ਕੰਮ ਤੇ ਗਿਆ ਸੀਗਾ ਸਾਡੇ ਪਿੰਡ ਦੇ 3 ਮੁੰਡੇ, ਉਹਨੂੰ ਦੁਕਾਨ ਤੋਂ ਫੋਨ ਕਰੀ ਜਾਂਦੇ ਸੀ, ਉਹਨੂੰ ਦੁਕਾਨ ਤੋਂ ਲੈ ਗਏ। 2 ਮਿੰਟਾਂ ਦੇ ਬਾਅਦ ਮੇਰੇ ਪੁੱਤ ਨੂੰ ਪਤਾ ਨਹੀਂ ਉੱਥੇ ਕੀ ਕੀਤਾ ਵਾ, ਮੇਰੇ ਪੁੱਤ ਨੂੰ ਵੱਢ ਟੁੱਕ ਹੋਈ ਆ, ਮੇਰੇ ਪੁੱਤ ਨੂੰ ਪਤਾ ਨਹੀਂ ਕੀ ਕੀਤਾ ਇਹਨਾਂ ਨੇ, ਲਿਜਾ ਕੇ ਕਿੱਥੇ ਲਗਾਏ ਆ। ਉਹ ਘਰੇ ਬੈਠੇ ਆ ਤੇ ਉਹਨਾਂ ਨੂੰ ਕਹਿਤਾ ਕਿ ਐਕਸੀਡੈਂਟ ਹੋਇਆ ਵਾ ਤੇ ਮੇਰਾ ਪੁੱਤ ਵੱਢਿਆ ਟੁੱਕਿਆ ਹੋਇਆ ਵਾ। ਇੱਕ ਲਵ ਆ, ਇੱਕ ਕਾਸ਼ ਵਾ ਤੇ ਇੱਕ ਰਮਨਦੀਪ ਆ, ਤੇ ਤਿੰਨੇ ਮੁੰਡੇ ਮੇਰੇ ਪੁੱਤ ਦਾ ਜੀਣਾ ਹਰਾਮ ਕੀਤਾ। ਵਾਰ ਵਾਰ ਫੋਨ ਲਾਉਂਦੇ ਹੁੰਦੇ ਸੀਗੇ, ਉਹਨੂੰ ਘਰੇ ਟਿਕਣ ਨਹੀਂ ਦਿੰਦੇ ਹੁੰਦੇ ਸੀਗੇ ਉਹਨੂੰ ਘਰੇ। ਕਹਿੰਦੇ ਐਕਸੀਡੈਂਟ ਹੋਇਆ, ਪਰ ਐਕਸੀਡੈਂਟ ਨਹੀਂ ਹੋਇਆ, ਕਤਲ ਹੋਇਆ ਮੇਰੇ ਪੁੱਤ ਦਾ। ਮੇਰੇ ਪੁੱਤ ਦਾ ਐਕਸੀਡੈਂਟ ਨਹੀਂ ਹੋਇਆ, ਮੇਰੇ ਪੁੱਤ ਨੂੰ ਵੱਢਿਆ ਹੋਇਆ ਵਾ। ਮੈਂ ਆਪਦੇ ਪੁੱਤ ਨੂੰ ਇਨਸਾਫ ਚਾਹੁੰਦੀ ਆ, ਜਿੰਨੇ ਮੇਰੇ ਪੁੱਤ ਨੂੰ ਵੱਢਿਆ ਟੁੱਕਿਆ, ਜਿਹੜੇ ਮੇਰੇ ਪੁੱਤ ਨੂੰ ਲੈ ਕੇ ਗਏ ਆ ਉਹਨਾਂ ਨੂੰ ਪੁੱਛ ਮੇਰੇ ਪੁੱਤ ਨਾਲ ਧੋਖੇ ਨਾਲ ਲੈ ਕੇ ਗਏ, ਮੇਰੇ ਪੁੱਤ ਨੂੰ ਵੱਢਿਆ। 3 ਦਿਨ ਹੋ ਗਏ ਮੇਰੇ ਪੁੱਤ ਦੀ ਕੋਈ ਸੁਣਵਾਈ ਨਹੀਂ ਹੋਈ। ਹਾਂਜੀ ਹਾਂਜੀ, ਸਾਨੂੰ ਇਨਸਾਫ ਚਾਹੀਦਾ, ਮੇਰੇ ਪੁੱਤ ਨੂੰ ਇਨਸਾਫ ਨਹੀਂ ਮਿਲਦਾ। ਮੇਰੇ ਪੁੱਤ ਨੂੰ ਇਨਸਾਫ ਦਿੱਤਾ ਜਾਵੇ, ਸਾਨੂੰ ਦੱਸਿਆ ਜਾਵੇ, ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪਈ। ਭਾਜੀ ਕਤਲ ਹੋ ਗਿਆ ਮੁੰਡੇ ਦਾ, ਮੁੰਡਾ ਮੇਰਾ ਨਾਈ ਦਾ ਕੰਮ ਕਰਦਾ ਸੀ, ਪਹਿਲਾਂ ਘਰੋਂ ਲੈ ਗਿਆ ਸੀ ਆਪਣੀ ਭੈਣ ਨੂੰ, ਪਹਿਲਾਂ ਲੈ ਕੇ ਗਿਆ ਘਰੇ ਤਲਵੰਡੀ ਚੌਧਰੀਆਂ, ਤਾਂ ਫਿਰ ਆਪਣੀ ਮਾਂ ਦੀ ਦਵਾਈ ਲੈ ਗਿਆ, ਫਿਰ ਮਾਂ ਨੂੰ ਭੈਣ ਨੂੰ ਕਹਿ ਗਿਆ ਮੈਂ ਚੱਲਾਂ ਦੁਕਾਨੇ। ਜਿਹੜੇ ਪਿੰਡ ਦੇ ਮੁੰਡੇ ਸੀ ਇਹਨਾਂ ਨੇ ਫੋਨ ਕੀਤਾ, ਕਹਿੰਦੇ ਕਿੱਥੇ ਆ ਸਾਹਿਲ, ਕਹਿੰਦਾ ਮੈਂ ਦੁਕਾਨੇ ਆ, ਦੁਕਾਨੋਂ ਇਹਨੂੰ ਲੈ ਕੇ ਚਲੇ ਗਏ। ਕਿੱਦਣ ਦੀ ਗੱਲ ਹੈ ਜੀ, ਕਿੱਦਣ ਦੀ ਗੱਲ, ਸੋਮਵਾਰ ਦੀ ਸ਼ਾਮਾਂ ਦੀ ਐਕਸੀਡੈਂਟ ਨਹੀਂ ਗਾ ਭਾਜੀ, ਭਾਜੀ ਮੁੰਡੇ ਦਾ ਮੂੰਹ ਸਿਰ ਦੇਖਣ ਵਾਲਾ ਸੀਗਾ। ਹਾਂਜੀ ਕਤਲ ਆ ਜੀ, ਪਤਾ ਨੀ ਕਿੰਨੇ ਜਾਣਾ ਵਾ, ਹੁਣ ਹੁਣ ਇਹਨਾਂ ਤਿੰਨਾਂ ਜਾਣਾ ਦਾ ਪਤਾ ਲੱਗਣਾ। 3 ਬੰਦੇ, ਲੜਕਾ ਮੇਰਾ, ਇਹ ਦੇਖੋ ਕਿੱਡਾ ਜਵਾਨ, ਅਸੀਂ ਉਹਨਾਂ ਚਿਰ ਮੁੰਡੇ ਦਾ ਸੰਸਕਾਰ ਨਹੀਂ ਕਰਨਾ ਜਿੰਨਾ ਚਿਰ ਸਾਨੂੰ ਇਨਸਾਫ਼ ਨਹੀਂ ਮਿਲਦਾ। ਕਾਕੇ ਨੂੰ ਦੁਕਾਨ ਤੋਂ ਉਹਨਾਂ ਨੇ ਫੋਨ ਕਰਕੇ 3 ਬੰਦੇ ਜਿਹੜੇ ਸੀਗੇ ਉਹਨਾਂ ਨਾਲ ਫੋਨ ਨੰਬਰ ਟਰੇਸ ਕਰਨ, ਬੰਦੇ ਚੱਕਣ, FR ਨੰਬਰ ਦੇਣ ਸਾਨੂੰ, ਅਸੀਂ ਹੁਣੇ ਸੰਸਕਾਰ ਕਰ ਦਿੰਦੇ ਹਾਂ। ਸੋਮਵਾਰ ਦੀ ਹੈ, ਸ਼ਾਮ ਨੂੰ 8 ਵਜੇ ਦੀ ਘਟਨਾ ਹੈ, 7:30-8 ਵਜੇ। ਸਾਰੇ ਕੁਛ ਉਹਦਾ ਬਿਲਕੁਲ ਪਤਾ ਲੱਗਣ ਦਿਆ, ਉਹਨੂੰ ਵੱਢਿਆ ਹੋਇਆ, ਜਿੱਦਾਂ ਲੱਤਾਂ ਵੱਢੀਆਂ, ਬਾਹਾਂ ਵੱਢੀਆਂ, ਉਹ ਦੇਖ ਸਕਦੇ ਆ ਸਾਰੇ।